ਬਲੌਂਗੀ ਵਿੱਚ ਹੋਏ ਝਗੜੇ ਦੌਰਾਨ ਨੌਜਵਾਨ ਦੇ ਸਿਰ ਵਿੱਚ ਕਹੀ ਮਾਰੀ। ਸਿਰ ਵਿੱਚ ਡੂੰਘਾ ਜ਼ਖਮ ਹੋਣ ਕਾਰਨ ਜ਼ਖਮੀ ਦੀ ਹਾਲਤ ਨਾਜ਼ੁਕ। PGI ਵਿੱਚ ਭਰਤੀ। ਬਲੌਂਗੀ ਕਾਲੋਨੀ ਦੇ ਸੈਣੀ ਮੁਹੱਲੇ ਵਿੱਚ ਬੀਤੇ ਦਿਨੀਂ ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਨੌਜਵਾਨ ਦੇ ਸਿਰ ਵਿੱਚ ਕਹੀ ਮਾਰੇ ਜਾਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਹੈ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਚੰਡੀਗੜ੍ਹ ਦੇ PGI ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਹੋਏ ਇੰਦਰਜੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ 2.5 ਮਰਲੇ ਜ਼ਮੀਨ ਨੂੰ ਲੈ ਕੇ ਪਿਛਲੇ ਤਕਰੀਬਨ 10 ਸਾਲਾਂ ਤੋਂ ਪੰਚਾਇਤ ਦੇ ਨਾਲ ਕੇਸ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਦੂਜੀ ਧੀਰ ਸੁਖਵਿੰਦਰ ਸਿੰਘ ਅਤੇ ਉਸਦੇ ਸਾਥੀ ਜੋ ਕਿ ਉਹਨਾਂ ਦੇ ਰਿਸ਼ਤੇਦਾਰ ਹਨ ਇਸ ਥਾਂ 'ਤੇ ਕੂੜਾ ਆਦਿ ਸੁੱਟਦੇ ਸਨ, ਜਿਸ ਨੂੰ ਉਹਨਾਂ ਨੇ ਕਈ ਵਾਰ ਰੋਕਿਆ ਵੀ ਹੈ, ਪਰੰਤੂ ਉਹ ਇਸ ਜ਼ਮੀਨ 'ਤੇ ਆਪਣਾ ਹੱਕ ਦੱਸਦੇ ਹਨ। ਉਹਨਾਂ ਦੱਸਿਆ, ਬਸ ਮੈਂ ਤਾਂ ਇਹੀ ਕਿਹਾ ਜੀ, ਜਿਹੜੇ ਕੱਖ ਪੱਟ ਗਏ ਹੋਏ ਤਾਂ ਵੀ ਤੁਸੀਂ ਇਹ ਕੱਖ ਚੱਕ ਲਿਓ ਜੀ, ਵੀ ਜਿਵੇਂ ਹੁਣ ਕੱਖ ਪੱਟੇ ਇਹਨਾਂ ਨੂੰ ਚੱਕ ਲਿਆ। ਉਹਨੇ ਤਾਂ ਮੁੰਡੇ ਨੇ, ਇਹਦੇ ਡੈਡੀ ਨੇ ਕਿਹਾ ਵੀ ਬਾਹਰ ਸਿੱਟੇ ਹੋਏ। ਇੰਨੇ ਤਾਂ ਮੁੰਡੇ ਨੇ ਗਾਲਾਂ ਕੱਢੀਆਂ, ਕਹਿੰਦਾ ਜਿਹੜਾ ਕੁਛ ਕਰਨਾ ਕਰ ਲਿਓ, ਵੀ ਅਸੀਂ ਨਹੀਂ ਉਹ ਚੱਕਣੇ। ਫਿਰ ਇਹਨੇ ਨੂੰ ਇਹ ਕਹੀ ਚੱਕ ਲਿਆ ਜੀ, ਕਹੀ ਨਾਲ ਸਮੇਂ ਮੁੰਡੇ ਦੇ ਸਿਰ 'ਚ ਟੱਕ ਲਾ ਤਾ ਜੀ। ਮੁੰਡੇ ਨੇ 6 ਫੇਸ ਲੈ ਗਏ, 6 ਫੇਸ ਤੋਂ ਬਾਅਦ ਉੱਥੇ ਨੂੰ ਲੈ ਗਏ ਬੱਤੀ। ਪਹਿਲਾਂ ਵੀ ਕੋਈ ਝਗੜਾ ਚੱਲਿਆ ਸੀਗਾ? ਹਾਂਜੀ ਹਾਂਜੀ, ਪਹਿਲਾਂ ਵੀ ਇਹ ਜਗ੍ਹਾ ਦਾ ਹੀ ਚੱਲਦਾ ਝਗੜਾ ਜੀ। ਅਤੇ ਜਿਨ੍ਹਾਂ ਨਾਲ ਝਗੜਾ ਹੈ ਤੁਹਾਡੇ ਰਿਸ਼ਤੇਦਾਰ ਨੇ? ਹਾਂਜੀ ਹਾਂਜੀ, ਉਹਦੀ ਰਹਿੰਦੀ ਉਹ ਕੁੜੀ ਜੀ। ਕੀ ਲੱਗਦੇ ਤੁਹਾਡੇ? ਭਾਣਜੀ ਉਹ ਲੱਗਦੇ, ਭਾਣਜੇ ਲੱਗਦੇ। ਕਿਹਨਾਂ ਨੇ ਤੁਹਾਡੇ ਬੱਚੇ 'ਤੇ ਹਮਲਾ ਕੀਤਾ? ਨਾਂ ਵਗੈਰਾ ਦੱਸੋ, ਕੋਈ ਕਿਨ ਕੌਣ ਕੌਣ ਸੀ? ਇੱਕ ਜਸਵਿੰਦਰ ਹਰਵਿੰਦਰ, ਇੱਕ ਰੁਪਿੰਦਰ ਕੌਰ, ਤਿੰਨੇ ਜਣੇ ਜੀ। ਇਸ ਸੰਬੰਧੀ ਸੰਪਰਕ ਕਰਨ 'ਤੇ ਮਾਮਲੇ ਦੇ ਜਾਂਚ ਅਧਿਕਾਰੀ ASI ਕੇਵਲ ਸਿੰਘ ਨੇ ਦੱਸਿਆ, ਇੱਕ ਰੁਕਾ ਜਿਹੜਾ ਸਾਨੂੰ ਸਿਵਲ ਹਸਪਤਾਲ ਮੋਹਾਲੀ ਤੋਂ ਆਇਆ ਸੀਗਾ ਕਿ ਇੰਦਰਜੀਤ ਸਿੰਘ ਸਾਨੂੰ ਅਤੇ ਜਸਪਾਲ ਸਿੰਘ ਲੜਾਈ ਝਗੜੇ 'ਚ ਸੱਟਾਂ ਲੱਗਣ ਕਰਕੇ ਦਾਖਲ ਹੋਇਆ ਹੈ, ਜਿਹਦੇ 'ਤੇ ASI ਚਰਨਜੀਤ ਸਿੰਘ ਅਤੇ ਨਾਲ ਜਿਹੜੇ ਮੁਲਾਜ਼ਮ ਅਤੇ ਮੈਂ ਸੀ ਉੱਥੇ ਮੌਕੇ 'ਤੇ ਗਏ ਸੀਗੇ। ਅਤੇ ਸਾਨੂੰ ਪਤਾ ਲੱਗਿਆ ਵੀ ਜਿਹੜਾ ਉਹਦੇ ਸੱਟਾਂ ਜ਼ਿਆਦਾ ਹੋਣ ਕਰਕੇ ਉਹਨੂੰ ਰੈਫਰ ਕਰਤਾ ਬੱਤੀ ਹੋਸਪਿਟਲ ਦੇ ਵਿੱਚ। ਬੱਤੀ ਤੋਂ ਬਾਅਦ ਫਿਰ ਉਹਨੂੰ ਜਿਹੜਾ ਜਾ ਕੇ PGI ਰੈਫਰ ਕਰਤਾ। PGI ਅਸੀਂ ਪਹੁੰਚ ਕੇ ਉਹਦਾ ਜਿਹੜਾ ਬਿਆਨ ਦਰਜ ਕੀਤਾ, ਜਿਹੜਾ ਮੁੰਡਾ ਇੰਦਰਜੀਤ ਸਿੰਘ ਹੈ ਉਹ ਤਾਂ ਅਨਕੋਨਸ਼ੀਅਸ ਹੈ, ਕਿਉਂਕਿ ਉਹਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਡੂੰਘੀ ਕਹੀ ਦਾ ਵਾਰ ਕੀਤਾ ਹੋਇਆ, ਉਹ ਸੱਟ ਲੱਗੀ ਹੋਈ ਹੈ। ਉਹਦੇ ਜਿਹੜਾ ਫਾਦਰ ਨੇ ਜਸਪਾਲ ਸਿੰਘ, ਉਹਨਾਂ ਦੇ ਬਿਆਨ 'ਤੇ ਅਸੀਂ ਪਰਚਾ ਦਰਜ ਕਰ ਰਹੇ ਹਾਂ, 341, 324, 506, 34 IPC। ਇਹਨਾਂ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਵੀ ਜਿਹੜਾ ਜਸਪਾਲ ਸਿੰਘ ਅਤੇ ਇੰਦਰਜੀਤ ਸਿੰਘ ਨੇ, ਇਹਨਾਂ ਦੇ ਗੁਆਂਢੀ ਨੇ ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ, ਸਿਮਰਨ ਅਤੇ ਇਹਨਾਂ ਦੀ ਭੈਣ ਰੁਪਿੰਦਰ ਕੌਰ, ਇਹ ਉਹਨਾਂ ਦੇ ਪਲਾਟ ਦੇ ਵਿੱਚ ਨਾ ਕੂੜਾ ਸਿੱਟਦੇ ਹੈ। ਇਹਨਾਂ ਨੂੰ ਕਈ ਵਾਰ ਰੋਕਿਆ ਵੀ ਤੁਸੀਂ ਜਿਹੜਾ ਕੂੜਾ ਇਹ ਨਾ ਸਿੱਟੋ, ਪਰ ਇਹ ਜਿਹੜਾ ਕੂੜਾ ਸਿੱਟਣ ਤੋਂ ਹਟਦੇ ਨਹੀਂ ਹੈਗੇ। ਇਹਨਾਂ ਨੇ ਕੱਲ੍ਹ ਸਵੇਰੇ ਕਿਤੇ ਜਾ ਕੇ 7 ਵਜੇ ਉਹਨਾਂ ਦੇ ਘਰ ਦੁਬਾਰਾ ਉਲਾਂਭਾ ਦਿੱਤਾ। ਇਸ ਗੱਲ ਨੂੰ ਆਪਣੀ ਬੇਇੱਜ਼ਤੀ ਸਮਝਦੇ ਹੋਏ ਰਾਤ ਨੂੰ ਆਪਣਾ ਆਪਣੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਅਤੇ ਇੰਦਰਜੀਤ ਸਿੰਘ ਦੇ ਮਾਰ ਦੇਣ ਦੀ ਨੀਅਤ ਨਾਲ ਸੱਟਾਂ ਮਾਰੀਆਂ। ਮੁਕੱਦਮਾ ਅਸੀਂ ਦਰਜ ਕਰਤਾ, ਉਹ ਤੋਂ ਬਾਅਦ ਜਿਹੜੀ ਨੈਕਸਟ ਕਾਰਵਾਈ ਹੈ ਸਾਡੀ ਚੱਲ ਰਹੀ ਹੈ। ਗ੍ਰਿਫਤਾਰੀ ਨਹੀਂ ਅਜੇ ਕੀਤੀ, ਅਜੇ ਸਿਰਫ ਅਸੀਂ ਪਰਚਾ ਦਰਜ ਕੀਤਾ, ਦੋਸ਼ੀਆਂ ਦੇ ਘਰ 'ਤੇ ਰੇਡ ਕਰਾਂਗੇ, ਫਿਰ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ। ਉਹਨਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਬਲੌਂਗੀ ਤੋਂ ਸਕਾਈ ਹਾਕ ਟਾਈਮਜ਼ ਲਈ ਪਵਨ ਰਾਵਤ ਦੀ ਰਿਪੋਰਟ।